ਕੰਬੋਸਟ ਵੀ ਪੰਜਾਬ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਤਾਂ ਹਾਂ ਜੀ ਦੋਸਤੋ ਜੋ ਅੱਜ ਮਲਾਜ਼ਮਾਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਪ੍ਰਾਪਤ ਹੋਈ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਮਲਾਜ਼ਮਾਂ ਦੇ ਪੈਨਸ਼ਨ ਦੇ ਬਕਾਇਆ ਤੇ ਏਰੀਅਰ ਦੇ ਜੋ ਕਿਸ਼ਤਾਂ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਮਲਾਜ਼ਮਾਂ ਨੂੰ ਜੋ ਬੈਂਕਾਂ ਵੱਲੋਂ ਜੋ ਮੈਸੇਜ ਵੀ ਰਿਸੀਵ ਹੋ ਰਹੇ ਨੇ ਤਾਂ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਤੇ ਨਾਲ ਦੀ ਨਾਲ ਆਪਾਂ ਕੈਲਕੂਲੇਸ਼ਨ ਕਰਕੇ ਜੋ ਮਲਾਜ਼ਮਾਂ ਨੂੰ ਕਿੰਨਾ ਕੁ ਪ੍ਰੋਫਿਟ ਹੋ ਰਿਹਾ ਜੋ ਕਿੰਨੀ ਉਹਨਾਂ ਨੂੰ ਤਨਖਾਹ ਜੋ ਵੱਧ ਕੇ ਮਿਲੀ ਹੈ ਉਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਤਾਂ ਜਿਹੜੇ ਵੀ ਸਰੋਤਣ ਹੈ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਅਜਿਹੀਆਂ ਜਾਣਕਾਰੀਆਂ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਹੀ ਮਿਲ ਸਕਣ ਜੀ ਤਾਂ ਹਾਂਜੀ ਦੋਸਤੋ ਤੁਹਾਨੂੰ ਇੱਕ ਜੋ ਮੈਸੇਜ ਦਿਖ ਰਿਹਾ ਹੋਏਗਾ ਜੋ SBI ਬੈਂਕ ਦੁਆਰਾ ਜੋ ਰਿਸਿਵ ਹੋਇਆ ਜੋ ਵੀ ਕਰਮਚਾਰੀ ਹੈਗੇ ਨੇ ਤਾਂ ਇਸ ਵਿੱਚ 43970 ਰੁਪਏ ਜੋ ਮੁਲਾਜ਼ਮ ਨੂੰ ਜੋ ਉਹਨਾਂ ਦਾ ਜੋ ਪੈਨਸ਼ਨ ਦਾ ਬਕਾਇਆ ਹੈ ਉਹ ਪ੍ਰਾਪਤ ਹੋਇਆ ਹੈ ਤਾ ਇਹ ਕਿਸ ਤਰ੍ਹਾਂ ਜੋ ਕੈਲਕੂਲੇਸ਼ਨ ਕਰਕੇ ਜੋ ਪ੍ਰਾਪਤ ਹੁੰਦਾ ਤੇ ਇਸ ਬਾਰੇ ਤੁਹਾਨੂੰ ਦੱਸਦੀ ਕਿ ਜੋ ਮੁਲਾਜ਼ਮਾਂ ਦੀ ਜੋ ਨਿਊ ਬੇਸਿਕ ਪੈਨਸ਼ਨ ਹੈ ਜਿੰਨੀ ਵੀ ਤੁਹਾਡੀ ਹੋਏਗੀ ਉਹ ਤੁਸੀਂ ਆਪਣੇ ਆਪ ਜੋ ਲਿਖ ਲੈਣੀ ਹੈ ਤੇ ਉਸ ਤੋਂ ਬਾਅਦ ਤੁਸੀਂ 113% ਡੀਏ ਤੇ 15% ਵਾਧਾ ਲਗਾਉਣਾ ਹੈ ਮੰਨ ਕੇ ਚੱਲੋ ਤੁਹਾਡੀ ਜੋ 17000 ਪੰਜ ਰੁਪਏ ਜੋ ਕਿ ਤੁਹਾਡੀ ਬੇਸਿਕ ਪੈਨਸ਼ਨ ਹੈ ਨਿਊ ਬੇਸਿਕ ਪੈਨਸ਼ਨ ਹੈ ਉਸ ਤੇ ਤੁਸੀਂ 2.13 ਜੋ ਵੀ ਮੈਥ ਦੇ ਫਾਰਮੂਲੇ ਅਕੋਰਡਿੰਗ ਤੁਸੀਂ 113% ਡੀਏ ਮਿਲ ਰਿਹਾ ਤਾਂ ਉਸ ਦੇ ਅਕੋਰਡਿੰਗ ਤੁਸੀਂ 2.13 ਗੁਣਾ ਨਾਲ ਕਰਨੀ ਹੈ ਤੇ ਨਾਲ ਹੀ 1.15 ਜੋ ਤੁਹਾਨੂੰ 15% ਵਾਧਾ ਮਿਲ ਰਿਹਾ 1.15 ਵੀ ਉਹ ਵੀ ਤੁਸੀਂ ਗੁਣਾ ਕਰ ਦੇਣਾ ਤੇ ਉਸ ਤੋਂ ਬਾਅਦ ਤੁਹਾਨੂੰ 41654 ਰੁਪਏ ਦੀ ਤੁਹਾਡੇ ਕੋਲ ਇੱਕ ਫਿਗਰ ਆ ਜਾਏਗੀ ਉਸ ਤੋਂ ਬਾਅਦ ਆਪਾਂ 28% ਡੀਏ ਲਗਾਉਣਾ ਤਾਂ ਇਹ ਜੋ ਡੀਏ ਕਿੰਨਾ ਆਪਣਾ ਲੱਗਿਆ ਹੋਇਆ 11664 ਰੁਪਏ ਤੇ ਮੈਡੀਕਲ ਅਲਾਉਂਸ ਆਪਾਂ ਨੂੰ ਕਿੰਨਾ ਦਿੱਤਾ ਜਾ ਰਿਹਾ ਹੈ 1000 ਰੁਪਏ ਇਸ ਵਿੱਚ ਇਹ ਸਾਫ਼ ਕਲੀਅਰ ਕੀਤਾ ਗਿਆ ਅੱਗੇ ਆਪਣੇ ਕੋਲ ਕੁੱਲ ਜੋ ਟੋਟਲ ਕਿੰਨਾ ਫਿਗਰ ਬਣ ਜਾਂਦੀ ਹੈ 54318 ਰੁਪਏ ਤਾਂ ਇਹ ਜੋ ਆਪਣੀ ਟੋਟਲ ਫਿਗਰ ਬਣੀ ਹੋਈ ਹੈ ਜੀ ਤੁਸੀਂ ਇਹ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਕਮਿਊਟ ਜੋ ਆਪਾਂ ਨੂੰ ਲੱਗਦਾ ਹੁੰਦਾ ਹੈ ਤਨਖਾਹ ਉੱਪਰ ਤਾਂ 5101 ਰੁਪਏ ਕਮਿਊਟ ਲੱਗਿਆ ਹੋਇਆ ਉਸ ਤੋਂ ਬਾਅਦ ਜੇਕਰ ਆਪਾਂ ਕਮਿਊਟ ਵਿੱਚੋਂ ਹਟਾ ਦਿੰਨੇ ਆ ਆਪਣੀ ਤਨਖਾਹ ਦੇ ਵਿੱਚੋਂ ਜੋ ਮਾਈਨਸ ਕਰਦੇ ਆ ਤਾਂ 54318 ਰੁਪਏ ਵਿੱਚੋਂ 51 5101 ਰੁਪਏ ਜੇਕਰ ਆਪਾਂ ਮਾਈਨਸ ਕੀਤਾ ਤਾਂ ਆਪਣੇ ਕੋਲ ਆਫਟਰ ਕਮਿਊਨਟ ਫਿਗਰ ਕਿੰਨੀ ਆਉਂਦੀ ਹੈ 49217 ਰੁਪਏ ਤਾਂ ਇਹ ਜੋ ਆਫਟਰ ਕਮਿਊਨਟ ਆਉਂਦੀ ਹੈ ਤਾਂ ਹੁਣ ਜੇਕਰ ਆਪਾਂ ਟੀ ਡੀ ਐਸ ਬਾਰੇ ਗੱਲ ਕਰੀਏ ਕਿ ਟੀ ਡੀ ਐਸ ਕੀ ਹੁੰਦਾ ਮੁਲਾਜ਼ਮਾਂ ਦੀ ਜਿਵੇਂ ਤਨਖਾਹ ਵਧੀਏ ਤਾਂ ਐਸ ਬੀ ਬੈਂਕ ਦੁਆਰਾ ਜਿੰਨੇ ਵੀ ਬੈਂਕ ਹੈਗੇ ਨੇ ਹੋਰ ਵੀ ਐਸ ਬੀ ਬੈਂਕ ਦੀ ਗੱਲ ਨਹੀਂ ਕਰ ਰਿਹਾ ਹੋਰ ਵੀ ਜਿੰਨੇ ਬੈਂਕ ਹੈਗੇ ਨੇ ਤਾਂ ਉਹਨਾਂ ਨੇ ਜੋ ਟੈਕਸ ਵੀ ਵਧਾ ਦਿੱਤਾ ਤਾਂ ਟੈਕਸ ਇਹ ਤੁਸੀਂ ਉੱਪਰ ਜੋ ਤੁਹਾਨੂੰ ਮੈਸੇਜ ਰਿਸੀਵ ਹੋਵੇਗਾ ਉਸ ਵਿੱਚ ਦੱਸਿਆ ਗਿਆ ਹੋਵੇਗਾ ਕਿ ਤੁਹਾਨੂੰ ਟੈਕਸ ਕਿੰਨਾ ਲੱਗਿਆ ਇਹ ਟੀ ਡੀ ਐਸ ਤੁਸੀਂ ਉੱਪਰ ਦੇਖ ਸਕਦੇ ਹੋ ਇੱਥੇ ਤੁਹਾਨੂੰ ਟੀ ਡੀ ਐਸ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਹੀ ਮੈਂ ਇੱਥੇ ਸੇਮ ਰਿਪੀਟ ਕੀਤਾ 52447 ਰੁਪਏ ਤੁਹਾਨੂੰ ਜੋ ਟੈਕਸ ਲੱਗਿਆ ਇੱਕ ਮੰਨ ਕੇ ਚੱਲੋ ਟੈਕਸ ਹੀ ਹੈ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਇਹ ਵੀ ਵਿੱਚੋਂ ਮਾਈਨਸ ਕਰ ਦਿੰਨੇ ਆ ਜਿਹੜੀ ਆਪਾਂ ਨੂੰ ਉੱਪਰ ਜਿਹੜੀ ਆਪਣੇ ਕੋਲ 49217 ਰੁਪਏ ਆਫਟਰ ਕਮਿਊਨਿਟ ਫਿਗਰ ਬਣੀ ਸੀ ਉਸ ਤੋਂ ਵਿੱਚੋਂ ਆਪਾਂ 52447 ਰੁਪਏ ਮਾਈਨਸ ਹੋਰ ਕਰ ਦਿੰਨੇ ਆ ਤਾਂ ਆਪਣੇ ਕੋਲ ਕਿੰਨਾ ਬਚੇਗਾ 43970 ਰੁਪਏ ਆਪਣੇ ਕੋਲ ਜੋ ਬਚ ਗਿਆ ਤਾਂ ਹੁਣ ਜੇਕਰ ਆਪਾਂ ਨੈਟ ਪ੍ਰੋਫਿਟ ਦੀ ਬਾਰੇ ਗੱਲ ਕਰੀਏ ਕਿ ਆਪਾਂ ਨੂੰ ਜੋ ਕਿੰਨਾ ਹੁਣ ਤਨਖਾਹ ਦੇ ਵਿੱਚ ਵਾਧਾ ਮਿਲ ਰਿਹਾ ਤਾਂ ਜਿਵੇਂ ਕਿ ਆਪਣੇ ਕੋਲ ਨਿਊ ਪੈਨਸ਼ਨ ਕਿੰਨੀ ਹੈ 54318 ਰੁਪਏ ਜੋ ਨਿਊ ਪੈਨਸ਼ਨ ਹੈ ਬ੍ਰੈਕਟ ਦੇ ਵਿੱਚ ਵੀ ਲਿਖਿਆ ਹੋਇਆ ਤੇ ਜੋ ਆਪਣੀ 올ਡ ਬੇਸਿਕ ਪੈਨਸ਼ਨ ਕਿੰਨੀ ਹੈਗੀ ਸੀ ਜਿੰਨੀ ਵੀ ਤੁਹਾਡੀ ਪਹਿਲਾਂ ਬੇਸਿਕ ਪੈਨਸ਼ਨ ਸੀ ਉਸ ਨੂੰ ਤੁਸੀਂ ਉਸ ਵਿੱਚੋਂ ਮਾਈਨਸ ਕਰ ਦੇਣਾ ਮੰਨ ਕੇ ਚੱਲੋ ਜਿਵੇਂ 44782 ਰੁਪਏ ਜੋ ਕਿ 올ਡ ਪੈਨਸ਼ਨ ਸੀ ਤਾਂ ਉਸ ਵਿੱਚ ਆਪਾਂ ਮਾਈਨਸ ਕਰਕੇ ਜੋ ਆਪਣੇ ਕੋਲ ਨੈਟ ਪ੍ਰੋਫਿਟ ਕਿੰਨਾ ਬਚਦਾ ਜੀ 9536 9536 ਰੁਪਏ ਦਾ ਜੋ ਕਿ ਆਪਾਂ ਨੂੰ ਪ੍ਰੋਫਿਟ ਹੋਇਆ ਤਾਂ ਇਸ ਵਿੱਚ ਇਹ ਬਿਲਕੁਲ ਸਾਫ਼ ਕਿਹਾ ਗਿਆ ਤਾਂ ਜੇਕਰ ਤੁਸੀਂ ਹੋਰ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਕਮੈਂਟ ਕਰਕੇ ਜਰੂਰ ਪੁੱਛ ਸਕਦੇ ਹੋ ਤੁਹਾਨੂੰ ਜਰੂਰ ਇਸ ਦਾ ਆਨਸਰ ਦਿੱਤਾ ਜਾਏਗਾ ਤਾਂ ਮਿਲਦੇ ਆ ਜੀ ਨਵੇਂ ਅਪਡੇਟ ਦੇ ਨਾਲ